ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਪ ਹਰਮਨ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਇਸ ਦੇ ਵਿੱਚ ਆਪਾਂ ਲੰਬਾਈ ਕੋ ਬੜਾਨੇ ਕੇ ਲੀਏ ਜੋ ਨੁਸਖਾ ਹੈ, ਲੰਬਾਈ ਕੋ ਕੈਸੇ ਬੜਾਇਆ ਜਾ ਸਕਤਾ ਹੈ, ਉਹ ਨੁਸਖਾ ਆਪਾਂ ਸਾਂਝਾ ਕਰਾਂਗੇ। ਸੋ ਆਓ, ਇਸ ਬੰਨੇ ਸਾਡੇ ਬੱਚਿਆਂ ਦੀ ਗਰੋਥ ਜਿਹੜੀ ਹੈ ਉਹ ਰੁਕ ਜਾਂਦੀ ਹੈ, ਲੰਬਾਈ ਨਹੀਂ ਬੜ੍ਹਦੀ। ਉਸ ਲੰਬਾਈ ਕੋ ਬੜਾਨੇ ਕੇ ਲੀਏ ਸਾਨੂੰ ਕੀ ਕਰਨਾ ਚਾਹੀਦਾ ਹੈ। ਦੁੱਧ ਮੇਂ ਉੱਚ ਮਾਤਰਾ ਮੇਂ ਕੈਲਸ਼ੀਅਮ ਹੋਤਾ ਹੈ, ਵਿਟਾਮਿਨ ਏ ਹੋਤਾ ਹੈ, ਪ੍ਰੋਟੀਨ ਹੋਤਾ ਹੈ, ਜੋ ਲੰਬਾਈ ਬੜਾਨੇ ਕੇ ਲੀਏ ਸਹਾਇਕ ਹੋਤਾ ਹੈ। ਬੱਚੋਂ ਕੋ ਦੁੱਧ ਜ਼ਿਆਦਾ ਦੇ, ਇਨ ਚੀਜ਼ ਕੀ ਮਾਤਰਾ, ਇਹ ਸਾਰੀਆਂ ਸਾਨੂੰ ਲੰਬਾਈ ਬਣਾਉਣ ਕੇ ਲੀਏ ਮਿਲ ਜਾਏਗੀ। ਜੋ ਦੂਸਰਾ ਨੁਸਖਾ ਹੈ, ਅਸ਼ਵਗੰਧਾ ਲੰਬਾਈ ਬਣਾਉਣ ਮੇਂ ਸਹਾਇਕ ਹੈ। ਅਸ਼ਵਗੰਧਾ ਮੇਂ ਮਿਨਰਲ ਹੋਤਾ ਹੈ ਜੋ ਕਿ ਲੰਬਾਈ ਕੋ ਬਣਾਉਣ ਕੇ ਲੀਏ ਬਹੁਤ ਹੀ ਸਹਾਇਕ ਹੋਤੀ ਹੈ। ਇਸਕੇ ਦੋ ਚਮਚ ਅਸ਼ਵਗੰਧਾ ਚੂਰਨ ਕਾ ਇੱਕ ਗਲਾਸ ਗਰਮ ਦੁੱਧ, ਗਾਏ ਕਾ ਦੁੱਧ ਜੋ ਹਲਕਾ ਹੋਤਾ ਹੈ, ਉਸੇ ਲੇਕਰ ਦੋ ਚਮਚ ਇਸਮੇਂ ਮਿਲਾਏ, ਚੰਗੀ ਤਰ੍ਹਾਂ ਉਸਕੋ ਘੋਲ ਲੇ। ਅਗਰ ਆ ਮਿੱਠਾ ਕਰਨਾ ਚਾਹਤੇ ਹੋ ਉਸਮੇਂ ਚੀਨੀ ਵੀ ਡਾਲ ਸਕਤੇ ਹੈ, ਗੁੜ ਵੀ ਡਾਲ ਸਕਤੇ ਹੈ। ਸੋ ਇਸ ਨੁਸਖੇ ਕੋ 45 ਦਿਨ ਕਰਨਾ ਚਾਹੀਏ। ਰਾਤ ਕੋ ਸੋਨੇ ਸੇ ਪਹਿਲੇ ਦੋ ਚਮਚ ਅਸ਼ਵਗੰਧਾ ਕੇ ਇੱਕ ਗਲਾਸ ਗਰਮ ਦੁੱਧ ਮੇਂ ਲੇਕਰ ਮਿਲਾ ਕਰ ਉਸੇ ਪੀਏ। ਸੋ ਆਪਕੀ ਲੰਬਾਈ ਜਿਹੜੀ ਹੈ ਉਹ ਬੜ ਜਾਏਗੀ। ਸੋ ਦੂਸਰੇ ਵੀ ਉਪਾਅ ਹੈ ਜੋ ਆਪਣੀ ਲੰਬਾਈ ਕੋ ਬੜਾਨੇ ਕੇ ਲੀਏ, ਜੋ ਆਪਣੇ ਸਰੀਰ ਕੋ ਉੱਪਰ ਕੀ ਤਰ੍ਹਾਂ ਖਿੱਚੇ, ਇਸੇ ਵੀ ਗੁਟਨੋ ਕੇ ਮੋੜੇ ਬਿਨਾਂ ਪੈਰ ਕੇ ਅੰਗੂਠੋਂ ਕੋ ਛੂਹਣੇ ਕਾ ਪ੍ਰਯਾਸ ਕਰੇ, ਪੰਜੋ ਪਰ ਚਲੇ। ਇਸੀ ਤਰ੍ਹਾਂ ਵੀ ਜੇ ਵਿਆਮ ਕਰਨੇ ਕੇ ਵੀ ਆਪਕੀ ਲੰਬਾਈ ਬੜ ਜਾਏਗੀ। ਜੋ ਚੌਥਾ ਉਪਾਅ ਹੈ, ਨੁਸਖਾ ਹੈ ਯੋਗਾ। ਜੋ ਯੋਗਾ ਕਰਤੇ ਹੈ, ਇੱਕ ਤੋਂ ਕਈ ਬਿਮਾਰੀਆਂ ਸੇ ਹੀ ਰਾਹਤ ਮਿਲ ਜਾਏਗੀ, ਸਾਡਾ ਸਰੀਰ ਤੰਦਰੁਸਤ ਹੋ ਜਾਏਗਾ। ਇਸਮੇਂ ਵੀ ਇੱਕ ਤਾਂ ਤਣਾਓ ਜਿਹੜਾ ਹੈ ਮਨ ਵਿੱਚ ਆਉਣ ਵਾਲਾ ਉਹ ਵੀ ਕੰਮ ਹੋ ਜਾਂਦਾ ਹੈ। ਸੋ ਯੋਗਾ ਵੀ ਕਰਨਾ ਚਾਹੀਏ, ਅੱਛੀ ਨੀਂਦ ਵੀ ਲੈਣੀ ਚਾਹੀਏ, ਸੰਤੁਲਿਤ ਖਾਣ ਪਾਣ ਸਾਡਾ ਉਹ ਵੀ ਚੰਗਾ ਹੋਣਾ ਚਾਹੀਏ, ਜੋ ਸਰੀਰ ਕੋ ਭਰਪੂਰ ਮਾਤਰਾ ਮੇਂ ਪ੍ਰੋਟੀਨ, ਵਿਟਾਮਿਨ, ਮਿਨਰਲ ਮਿਲਤੇ ਹੈ, ਉਹ ਚੀਜ਼ ਹਮਕੋ ਖਾਣੀ ਚਾਹੀਏ। ਬਿਹਤਰ ਸਰੀਰ ਕੇ ਵਿਕਾਸ ਕੇ ਲੀਏ ਸਹੀ ਪੋਸਚਰ ਬਣਾਉਣੇ ਕੇ ਬੇਹੱਦ ਜ਼ਰੂਰੀ ਹੈ। ਕਈ ਵਾਰ ਹਮ ਬੈਠਤੇ ਹੈ ਜੋ ਝੁਕ ਕਰ ਬੈਠਤੇ ਹੈ, ਝੁਕ ਕਰ ਨਹੀਂ ਬੈਠਣਾ ਚਾਹੀਏ, ਸੀਧੇ ਔਰ ਤਨ ਕਰ ਬੈਠਣਾ ਚਾਹੀਏ। ਚੱਲਣਾ ਵੀ ਕੰਧੋ ਕੋ ਤਨ ਕਰ ਹੀ ਰੱਖੇ, ਇਸਮੇਂ ਵੀ ਸਾਡੇ ਸਰੀਰ ਕੀ ਸਕਾਰਮਤ ਪ੍ਰਭਾਵ ਪੜਤਾ ਹੈ, ਲੰਬਾਈ ਪੜਤਾ ਹੈ, ਇਸੇ ਵੀ ਲੰਬਾਈ ਬੜਤੀ ਹੈ। ਜਾਂ ਵੀ ਬੈਠੇ ਤੋ ਤਨ ਕਰ ਬੈਠਣਾ ਚਾਹੀਏ, ਨਹੀਂ ਤੋ ਰੀੜ ਕੀ ਹੱਡੀ ਜੋ ਮੁੜ ਜਾਤੀ ਹੈ, ਸੋ ਸਾਡਾ ਸਰੀਰ ਝੁਕ ਜਾਤਾ ਹੈ। ਇਸਕੋ ਝੁਕਨੇ ਸੇ ਬਚਾਨੇ ਕੇ ਲੀਏ ਹਮੇ ਤਨ ਕਰ ਬੈਠਣਾ ਚਾਹੀਏ। ਸੋ ਇਹ ਨੁਸਖੇ ਵਰਤ ਕਰ ਅਸੀਂ ਆਪਣੀ ਲੰਬਾਈ ਕੋ ਬੜਾ ਸਕਦੇ ਹੈ। ਅਗਰ ਜੇ ਆਪਕੋ ਜੇ ਸਲਾਹ ਜੇ ਨੁਸਖਾ ਅੱਛਾ ਲਗੇ ਤੋ ਔਰੋਂ ਕੋ ਵੀ ਸ਼ੇਅਰ ਕਰੇ, ਆਪ ਵੀ ਇਸ ਨੁਸਖੇ ਕੋ ਇਸਤੇਮਾਲ ਕਰੇ। ਸੋ ਆਪਣੇ ਬੱਚੋਂ ਕੋ ਜੇ ਵਸਤਾ ਜੇ ਗੁਣ ਜਿਹੜੇ ਹੈ ਉਸਕੋ ਦੁੱਧ ਪਿਲਾਏ, ਅਸ਼ਵਗੰਧਾ ਕਾ ਚੂਰਨ ਵੀ ਉਸਕੋ ਖਿਲਾਏ, ਉਸਕੀ ਲੜਬਾਈ ਬਣਾਏ। ਸੋ ਇਹ ਨੁਸਖੇ ਆਪਣੇ ਜੀਵਨ ਵਰਤ ਕਰਕੇ ਲੰਬਾਈ ਕੋ ਬੜਾਇਆ ਜਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।